ਤੇ 1966 ਚ ਕਿੰਨੀ ਉਮਰ ਸੀ 1966 ਚ ਮੈਂ ਲੱਗਿਆ ਆਪਣੇ ਮਾਸਟਰ ਲੱਗਿਆ ਸਾਇੰਸ ਮਾਸਟਰ ਉਮਰ ਕਿੰਨੀ ਕੁ ਸੀ ਤੇ 66 ਤੇ ਹੋ ਗਿਆ 22 ਸਾਲ ਦੀ ਉਮਰ ਚ ਮੈਂ ਮਾਸਟਰ ਲੱਗ ਗਿਆ ਸੀ 23 ਸਾਲ ਦੀ ਤੇ ਇਹ 1970 ਦੀ ਗੱਲ ਹੈ 3 ਸਾਲ ਬਾਅਦ ਉਸ ਤੋਂ ਬਾਅਦ ਜਦੋਂ ਮੇਰੀ ਜਿਹੜੀ ਪਹਿਲਾ ਜਨਮ ਦੀ ਸੀ ਉਮਰ ਉਹ ਮੇਰੀ ਖਤਮ ਹੋ ਗਈ ਮੌਤ ਆ ਗਈ ਮੈਨੂੰ ਮਤਲਬ ਸਮਝ ਸਮਾਂ ਆ ਗਿਆ ਮੇਰਾ ਇੰਨੀ ਉਮਰ ਹੀ ਸੀ ਮੇਰੇ ਮੈਂ ਤਾਂ ਕਹਿੰਦਾ ਵੀ ਮਹਾਰਾਜ ਨੇ ਮੈਨੂੰ ਦੁਬਾਰਾ ਸਵਾਸ ਦਿੱਤੇ ਆ ਸਾਰੇ ਬਖਸ਼ੇ ਨੇ ਮੇਰੀ ਉਮਰ 19 ਸੀ ਪਹਿਲਾਂ ਅਤੇ ਬੜੀ ਬਾਬੇ ਨਾਨਕ ਨੇ ਗੁਰੂ ਸਾਹਿਬ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਆ ਜਿਹੜੇ ਮੈਨੂੰ ਸਵਾਸ ਅਧਾਰੇ ਦਿੱਤੇ ਹਜੇ ਤੱਕ ਜਿਉਂਦਾ ਮੈਂ ਬਾਈ ਨੇ ਸਵਾਸ ਦਿੱਤੇ ਆ ਮੈਂ ਕਿਰਤ ਕਰਨਾ ਇੰਨਾ ਵੀ ਜਿੰਨੀ ਮਹਾਰਾਜ ਨੇ ਮੇਰੇ 'ਤੇ ਮਿਹਰ ਕੀਤੀ ਆ ਉਨੀ ਮੈਂ ਜਾਣੀ ਉਹਨਾਂ ਦੀ ਕਮਾਈ ਨਹੀਂ ਕਰ ਰਿਹਾ ਅਧਾਰੇ ਮਿਲੀ ਹੋਵੇ ਚੀਜ਼ ਇੱਕ ਸਾਰੀ ਗੱਲ ਹੀ ਇੱਕ ਉਮਰ ਜਿਹੜੀ ਮਹਾਰਾਜ ਬਖਸ਼ਦੇ ਉਹ ਤਾਂ ਅਲੱਗ ਹੈ ਗੱਲ ਅਤੇ 1970 ਦੀ ਗੱਲ ਹੈ ਜਾ ਕੇ ਮੈਂ ਸਕੂਲ ਤੋਂ ਪੜ੍ਹਾ ਕੇ ਆਇਆ ਦੁਪਹਿਰ ਦਾ ਵੇੜਾ ਸੀ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛੱਕ ਕੇ ਅਤੇ ਬਹਿ ਗਿਆ ਚੇਅਰ 'ਤੇ ਚੇਅਰ 'ਤੇ ਬੈਠਾ ਮੈਂ ਚੇਅਰ 'ਤੇ ਬੈਠੇ ਸਮੇਂ ਦਾ ਨਹੀਂ ਕੋਈ ਪਤਾ ਲੱਗਦਾ ਕਿ ਕਦੋਂ ਸਵਾਸ ਖਤਮ ਹੋ ਜਾਣੇ ਉਹਨੂੰ ਅਗਲਾ ਕਹਿੰਦਾ ਹਾਰਟ ਅਟੈਕ ਹੋ ਗਿਆ ਜੀ ਆਹ ਕੁਛ ਹੋ ਗਿਆ ਅਤੇ ਪਰੰਤੂ ਮੇਰਾ ਸਮਾਂ ਆ ਗਿਆ ਦੋ ਜਮਦੂਤ ਆਏ ਮੈਨੂੰ ਲੈਣ ਵਾਸਤੇ ਕਾਲੇ ਰੰਗ ਦੇ ਸੀ ਅਤੇ ਘੋੜੇ ਦੇ ਕੰਨ ਵਰਗੇ ਉਹਨਾਂ ਦੇ ਕੰਨ ਨੇ ਦੋ ਜਮਦੂਤਾਂ ਦੇ ਜਿਹੜੇ ਮੈਨੂੰ ਲੈਣ ਆਏ ਸੀ ਉਹਨਾਂ ਨੇ ਮੈਨੂੰ ਫੜ ਲਿਆ ਫੜ ਕੇ ਆ ਕਹਿੰਦੇ ਵੀ ਅਤੇ ਜਿਹੜਾ ਬੰਦਾ ਮਰਦਾ ਨਾ ਬੜੇ ਤਜਰਬੇ ਦੀ ਗੱਲਾਂ ਨੇ ਜਿਹੜਾ ਬੰਦਾ ਮਰਦਾ ਹੈ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਵੀ ਮੈਂ ਇਹੋ ਜਿਹਾ ਹੀ ਹਾਂ ਮਰਿਆ ਹੋਇਆ ਵੀ ਇੱਕ ਗੱਲ ਤਾਂ ਆਹ ਬੜੀ ਵੱਡੀ ਗੱਲ ਆ ਆਪਾਂ ਇਹੋ ਜਿਹਾ ਜਿਹੜਾ ਸਰੀਰ 'ਚ ਇਹੋ ਜਿਹੇ ਹੀ ਮਹਿਸੂਸ ਕਰਨਾ ਕਿ ਉਹ ਅੰਦਰਲਾ ਸੱਚਾ ਸਰੀਰ ਉਹ ਹੈ ਹੁਣ ਤਾਂ ਗੁਰਬਾਣੀ ਰਾਹੀਂ ਸੂਝ ਮਿਲ ਗਈ ਉਦੋਂ ਤਾਂ ਮੈਨੂੰ ਇੰਨੀ ਸੂਝ ਨਹੀਂ ਸੀ ਪਰ ਮੈਨੂੰ ਇਹ ਲੱਗਦਾ ਸੀ ਵੀ ਮੈਂ ਉਹੀ ਹਾਂ ਅਤੇ ਮੈਨੂੰ ਉਹਨਾਂ ਨੇ ਕੁੱਟਿਆ ਅਤੇ ਕੁੱਟ ਕੇ ਮੈਨੂੰ ਉਹ ਜੰਮਪੁਰੀ ਵੱਲ ਧਰਮਪੁਰੀ ਨੂੰ ਲੈ ਕਿ ਮੈਂ ਅੰਮ੍ਰਿਤ ਤਾਂ ਛਕਿਆ ਨਹੀਂ ਸੀ ਹੁਣ ਤਾਂ ਮੈਨੂੰ ਇਹ ਸਮਝ ਲੱਗ ਗਈ ਨਾ ਵੀ ਇਹ ਤਾਂ ਲੈਣ ਆਉਂਦੇ ਆ ਉਹ ਅਤੇ ਉਹ ਜਮਦੂਤਾਂ ਨੇ ਜਮਦੂਤਾਂ ਨਾਲ ਮੇਰਾ ਬਾਇਸ ਹੋ ਗਈ ਸ਼ੁਰੂ ਜਦੋਂ ਮੈਨੂੰ ਕੁੱਟਣ ਤਾਂ ਮੈਂ ਕਿਹਾ ਤੁਸੀਂ ਹੈ ਕੌਣ ਪਹਿਲਾਂ ਤਾਂ ਮੈਂ ਜ਼ੋਰ ਲਾਇਆ ਉਹਨਾਂ ਤੋਂ ਛੁੱਟਣ ਦਾ ਇੱਕ ਗੱਲ ਆ ਮੌਤ ਦੀ ਗੱਲ ਇਹ ਆ ਅਸਲੀਅਤ ਇੱਕ ਗੱਲ ਹੋਰ ਆ ਸੁਪਨਾ ਹੁੰਦਾ ਹੈ ਬਈ ਤੁਹਾਨੂੰ ਇਹ ਦੁਨੀਆਂ ਭੁੱਲ ਜਾਂਦੀ ਆ ਸੁਪਨੇ 'ਚ ਕਿ ਇੱਥੋਂ ਦਾ ਸਾਰਾ ਕੁਛ ਭੁੱਲ ਜਾਂਦਾ ਅਤੇ ਸੁਪਨਾ ਦੇਖ ਰਹੇ ਹੁੰਦੇ ਹੋ ਤੁਸੀਂ ਮੌਤ ਦਾ ਜਿਹੜਾ ਹੈਗੀ ਅਸਲੀਅਤ ਉਹਦੇ ਵਿੱਚ ਤੁਹਾਨੂੰ ਇੱਧਰਲੀ ਦੁਨੀਆਂ ਵੀ ਪਤਾ ਲੱਗੂ ਵੀ ਮੈਂ ਇੱਥੋਂ ਆਇਆ ਸਰੀ ਤੋਂ ਆਇਆ ਅਤੇ ਮੈਨੂੰ ਲਿਜਾ ਰਿਹਾ ਕੋਈ ਹੋਰ ਫੜ ਕੇ ਉੱਧਰਲੀ ਦੁਨੀਆਂ ਵੀ ਦੱਸੋ ਇੱਧਰਲੀ ਦੁਨੀਆਂ ਨੂੰ ਪੂਰੀ ਯਾਦ ਹੋ ਤੁਹਾਨੂੰ ਨਹੀਂ ਸੁਪਨੇ 'ਚ ਇੱਧਰਲਾ ਪਰਿਵਾਰ ਭੁੱਲ ਜਾਂਦਾ ਜੇ ਸੁਪਨਾ ਆਵੇ ਇਹ ਮੈਨੂੰ ਜਾਣ ਕੇ ਯਾਦ ਕਰਵਾਇਆ ਰਾਜ ਮੈਂ ਦੇਖਾਂ ਤੂੰ ਤੂੰ ਘਰ ਵਾਲੀ ਤੇਰੇ ਬੱਚੇ ਦੋਵੇਂ ਤੈਨੂੰ ਮੈਨੂੰ ਐਨ ਪੂਰੇ ਯਾਦ ਅਤੇ ਮੈਂ ਕਿਹਾ ਉਹਨਾਂ ਤੋਂ ਮੈਨੂੰ ਤੁਸੀਂ ਲਿਜਾਣ ਵਾਲੇ ਕੌਣ ਹੋ ਮੈਂ ਉਹਨਾਂ ਨਾਲ ਹੀ ਗੱਲ ਕਰੀ ਮੇਰਾ ਤਾਂ ਅਜੇ ਥੱਲੇ ਪਰਿਵਾਰ ਰਹਿੰਦਾ ਤੁਸੀਂ ਕੌਣ ਆ ਗਏ ਕਿੱਥੋਂ ਮੈਂ ਪਹਿਲਾਂ ਤਾਂ ਉਹਨਾਂ ਤੋਂ ਪੂਰਾ ਜ਼ੋਰ ਲਾਇਆ ਛਡਵਾਉਣ ਦਾ ਅਤੇ ਉਹ ਕੁੱਟਦੇ ਸੀਗੇ ਅਤੇ ਮੈਂ ਉਹਨਾਂ ਨੂੰ ਜਿਵੇਂ ਘੁਲਦਾ ਹੁੰਦਾ ਇਨਸਾਨ ਹੀ ਆਉਣ ਲੱਗਿਆ ਉਹਨੇ ਮੇਰੇ ਦੋ ਤਿੰਨ ਮਾਰ ਕੇ ਅਤੇ ਮੈਨੂੰ ਕਹਿੰਦੇ ਪ੍ਰਾਣੀ ਤੂੰ ਮਰ ਚੁੱਕਿਆ ਹੁਣ ਬੰਦਾ ਇਉਂ ਲੱਗਦਾ ਵੀ ਮੈਂ ਮਰਿਆ ਨਹੀਂ ਕਿਉਂ ਬੰਦਾ ਉਹੀ ਆ ਉਹਨੂੰ ਇਉਂ ਲੱਗਦਾ ਵੀ ਮਰਿਆ ਨਹੀਂ ਮਰ ਕੇ ਥੋੜ੍ਹਾ ਕੋਈ ਚੀਜ਼ ਖਤਮ ਹੋ ਜਾਣੀ ਹੈ ਆਪਣੇ ਅੰਦਰ ਲੈਣ ਵਾਲੀ ਨੇ ਤਾਂ ਮਰਨਾ ਹੀ ਨਹੀਂ ਹੈ ਹੁਣ ਤਾਂ ਪਤਾ ਲੱਗ ਗਿਆ ਸੀ ਇੱਦਾਂ ਹੁਣ ਉਦੋਂ ਮੈਨੂੰ ਨਹੀਂ ਪਤਾ ਲੱਗ ਰਿਹਾ ਮੈਂ ਉਹੀ ਸੀ ਅਤੇ ਮੈਂ ਉਹਨੂੰ ਕਿਹਾ ਵੀ ਪ੍ਰਾਣੀ ਤੂੰ ਮਰ ਚੁੱਕਿਆ ਕਹਿੰਦੇ ਮੈਂ ਕਿਹਾ ਵੀ ਇਹ ਕੰਮ ਖਰਾਬ ਹੋ ਗਿਆ ਦੂਜੀ ਵਾਰ ਫਿਰ ਮੈਂ ਫਿਰ ਉਵੇਂ ਉਵੇਂ ਘੁਲ ਲੱਗਿਆ ਉਹ ਕੁੱਟੀ ਜਾਣ ਮੈਨੂੰ ਕੁੱਟਦੇ ਜਾਣ ਤੁਰੇ ਜਾਣ ਅਤੇ ਫਿਰ ਮੈਂ ਉਹਨਾਂ ਨਾਲ ਰੌਲਾ ਪਾਇਆ ਇਹ ਆਪਸ ਵਿੱਚ ਬਹਿਸ ਚੱਲਦੀ ਆ ਅਗਲੀ ਦੁਨੀਆਂ 'ਚ ਪੂਰੀ ਗੱਲਬਾਤ ਉਵੇਂ ਚੱਲਦੀ ਆ ਜਮਦੂਤਾਂ ਨਾਲ ਉਹ ਵੀ ਬੋਲਦੇ ਆ ਧਰਮਰਾਜ ਵੀ ਬੋਲਦਾ ਗਾਂ ਤਾਂ ਗਾਂ ਪਤਾ ਲੱਗ ਗਿਆ ਜਮਦੂਤ ਵੀ ਬੋਲਦੇ ਆ ਤੁਸੀਂ ਵੀ ਬੋਲਦੇ ਹੋ ਪਰ ਤੁਹਾਡੀ ਇੱਥੋਂ ਵਾਲਾ ਸਾਰਾ ਖੜਾ ਛੁੱਟ ਜਾਣਾ ਕੰਮ ਖਤਮ ਹੋ ਜਾਣਾ ਇੱਥੋਂ ਉਦੋਂ ਅਗਲੀ ਦੁਨੀਆਂ 'ਚ ਪ੍ਰਵੇਸ਼ ਹੋ ਜਾਣਾ
ਮੈਂ ਉਹਨਾਂ ਨੇ ਫੇਰ ਮੈਨੂੰ ਫੇਰ ਮੈਨੂੰ ਕਿਹਾ, ਫੇਰ ਮੈਂ ਦੂਜੀ ਵਾਰ ਸਮਝ ਗਿਆ ਬਈ ਹੁਣ ਤਾਂ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ। ਫੇਰ ਮੈਨੂੰ ਤਸੱਲੀ ਹੋ ਗਈ ਵੀ ਮਰ ਗਿਆ, ਮੌਤ ਹੋ ਗਈ, ਹੁਣ ਨੀ ਮੈਂ ਤਾਲੀਆਂ ਜਾ ਸਕਦਾ, ਮੁੜ ਕੇ ਪਿੰਡ ਨੀ ਜਾ ਸਕਦਾ। ਫਿਰ ਮੈਂ ਬਹੁਤ ਪਛਤਾਇਆ ਵੀ ਕੰਮ ਖਰਾਬ ਹੋ ਗਿਆ, ਵੀ ਇਹ ਤਾਂ ਕੰਮ ਹੋ ਗਿਆ ਮੈਨੂੰ ਕੀ, ਆਪਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਅਚਾਨਕ ਹੀ ਆ ਕੇ ਵਜੇ ਜਾਂ ਗੱਲ ਹੀ ਅਚਾਨਕ ਹੋ ਗਈ, ਪਹਿਲਾਂ ਕੋਈ ਗੱਲ ਸਮਝ ਹੀ ਨਹੀਂ ਸੀ। ਜਾਨੂ ਮੈਨੂੰ ਕਚਹਿਰੀ ਆ ਗਈ, ਇਹ ਇਹ ਕੋਈ ਇਹ ਨਹੀਂ ਵੀ ਪਤਾ ਨਹੀਂ ਲੱਗਦਾ ਕਿੰਨਾ ਸਫ਼ਰ ਤੈਅ ਕਰਕੇ ਨੇੜੇ ਕੁੱਪ ਚਲੇ ਜਾਂਦੇ ਆ ਉਹ, ਅਤੇ ਨਾਲੇ ਤੁਹਾਡਾ ਤੁਹਾਨੂੰ ਜਮਦੂਤ ਹੀ ਦਿੰਦੇ ਆ ਅਤੇ ਤੁਸੀਂ ਇਕੱਲੇ, ਅਤੇ ਤੁਸੀਂ ਇਹ ਹੋਰ ਨਹੀਂ ਕੋਈ ਰਸਤੇ ਵਿੱਚ ਦਿੰਦਾ, ਉਹ ਦੋਹਾਂ ਦੇ ਵਾਹ ਪਿਆ ਹੁੰਦਾ ਤੁਹਾਡਾ, ਤੁਹਾਨੂੰ ਆਪਦਾ ਫਿਕਰ ਪਿਆ ਹੁੰਦਾ ਵੀ ਇਹ ਕੀ ਹੋ ਗਿਆ। ਮੈਂ ਧਰਮਪੁਰੀ ਆ ਗਈ ਤਾਂ ਧਰਮਪੁਰੀ ਦੇ ਵਿੱਚ ਮੈਂ ਚਾਰੇ ਪਾਸੇ ਜਿਹਨੂੰ ਮਾੜੀ ਜਿਹੀ ਝਾਤੀ ਮਾਰੀ ਤਾਂ ਹਾਏ ਹਾਏ ਹੋਵੇ, ਕੋਈ ਕੜਾਹੇ ਜੇ ਤਲਿਆ ਜਾਵੇ, ਕੋਈ ਕੁਛ ਹੋਈ ਜਾਵੇ, ਕੋਈ ਪੁੱਠਾ ਲਟਕਾਇਆ ਹੋਇਆ, ਕੋਈ ਕੁਛ ਇਹੋ ਜਿਹਾ, ਮੈਂ ਉਹ ਸੀਨ ਨੂੰ ਦੇਖ ਕੇ ਅੱਖਾਂ ਬੰਦ ਕਰ ਲਈਆਂ। ਮੈਂ ਕਿਹਾ ਵੀ ਤਾਂ ਕੰਮ ਖਰਾਬ ਹੋ ਗਿਆ, ਮੈਂ ਆਪਣੇ ਮਨ ਵਿੱਚ ਕਿਹਾ ਵੀ ਕੰਮ ਖਰਾਬ ਹੋ ਗਿਆ। ਨਾਲੇ ਮੈਨੂੰ ਇੱਧਰਲਾ ਪੂਰਾ ਪਤਾ ਇੱਧਰਲੀ ਦੁਨੀਆ ਦਾ ਇਹ ਵੀ ਨਾਲ ਵੀ ਮੈਂ ਉਹੀ ਹਾਂ, ਜਿਵੇਂ ਆਪਾਂ ਕਿਸੇ ਪ੍ਰਦੇਸ਼ 'ਚ ਚਲੇ, ਕਿਸੇ ਦੇ ਘਰ ਹੋਰ ਚਲੇ ਜਾਈਏ ਤਾਂ ਪਿਛਲਾ ਘਰ ਨਹੀਂ ਭੁੱਲੀ ਦਾ, ਜਿਵੇਂ ਘਰ ਨਹੀਂ ਮੈਨੂੰ ਇੱਧਰਲਾ ਪਿਛਲਾ ਭੁੱਲਿਆ, ਕੁਛ ਵੀ ਸਾਰਾ ਕੁਝ ਯਾਦ, ਪਰੰਤੂ ਉੱਥੇ ਮੇਰੀ ਕੋਈ ਬਾਹ ਨਹੀਂ ਚੱਲਦੀ। ਅਤੇ ਮੈਨੂੰ ਜਦੋਂ ਮੈਂ ਅੱਖਾਂ ਮੀਚ ਕੇ ਖੜ੍ਹਾ, ਜਾਨੂੰ ਮੇਰੇ ਕੰਨਾਂ 'ਚ ਆਵਾਜ਼ ਪਈ ਆਕਾਸ਼ ਬਾਣੀ ਹੋਈ, ਲੈ ਇਹਨੂੰ ਮੇਰਾ ਨਾਂ ਲੈ ਕੇ ਕਹਿੰਦੇ, ਉਹ ਜਮਦੂਤ ਕਹਿੰਦੇ ਹਾਂਜੀ ਲੈ ਆਏ, ਠੀਕ ਆ। ਅਤੇ ਧਰਮਰਾਜ ਪਹਿਲੀ ਵਾਰ ਪਤਾ ਨਹੀਂ ਉਹ ਪਹਿਲੀ ਇਹੀ ਗੱਲ ਬੋਲੀ ਉਹਨੇ ਵੀ ਇਹਨੂੰ ਲੈ ਆਏ, ਹਾਂ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਦੇਖੋ ਆਵਾਜ਼ ਆਈ, ਮੈਨੂੰ ਪਤਾ ਯਾਦ ਆ, ਇਹਨੂੰ ਲੱਕੜੀ ਦੇ ਆਰੇ ਨਾਲ ਜੀਰਿਆ ਜਾਵੇ, ਆ ਉੱਥੋਂ ਐਲਾਨ ਹੋਇਆ। ਹੁਣ ਮੈਂ ਸਮਝ ਗਿਆ ਵੀ ਇਹ ਲੱਕੜੀ ਦੇ ਆਰੇ ਨਾਲ ਚੀਰਿਆ ਜਾਵੇ ਤਾਂ ਮੈਨੂੰ ਹੀ ਚੀਰਨਾ, ਇਹਨਾਂ ਆਹ ਮੇਰੇ ਨਾਲ ਵਾਪਰ ਰਹੀ ਹੈ ਉੱਥੇ ਗੱਲ। ਮੈਂ ਜਦੋਂ ਅੱਖਾਂ ਖੋਲੀਆਂ ਮੈਂ ਕਿਹਾ ਵੀ ਇਹ ਤਾਂ ਮੇਰੇ ਲਈ, ਮੈਂ ਨਾਲੇ ਕੰਬਾਂ ਵੀ ਕੰਮ ਖਰਾਬ ਹੋ ਗਿਆ ਤਾਂ ਵੀ ਨਾਲੇ ਹੁਣ ਲੱਕੜੀ ਦੇ ਆਰੇ ਨਾਲ ਜੀਰ ਜਦੋਂ ਮੈਂ ਅੱਖਾਂ ਖੋਲੀਆਂ ਲੱਕੜੀ ਦਾ ਆਰਾ ਮੇਰੇ ਮੂੰਹ 'ਤੇ ਪਿਆ, ਐਨ ਸੱਚਾਈ 'ਚ ਉੱਥੇ ਲੱਕੜੀ ਦਾ ਆਰਾ ਦਿੰਦਾ ਬੰਦੇ ਨੂੰ। ਹੁਣ ਵੀ ਇੱਥੇ ਦੇਖਣ ਵਾਲਾ ਦੁਨੀਆ ਉਹੀ ਹੈ, ਇੱਥੇ ਵੀ ਦੁਨੀਆ ਉਹੀ ਦੇਖਦਾ ਬੈਠਾ ਬੰਦਾ ਹੈ ਸਰੀਰ 'ਚ, ਅਤੇ ਇਹਨੂੰ ਲੱਕੜੀ ਦਾ ਆਰਾ ਦਿਸਿਆ ਮੈਨੂੰ, ਅਤੇ ਉਹ ਜਮਦੂਤ ਨੇ ਆਰਾ ਚੱਕ ਲਿਆ। ਸੱਚੀ ਦੁਨੀਆ ਤਾਂ ਅਗਲੀ ਹੈ, ਜਿਹਨੂੰ ਕਹਿੰਦੇ ਅੱਗੇ ਦੁਨੀਆ ਹੈ ਨਹੀਂ, ਉਹ ਤਾਂ ਸੱਚੀ ਦੁਨੀਆ, ਉੱਥੇ ਦਾ ਆਰਾ ਬਦਲਦਾ ਨਹੀਂ ਹੈ, ਖਤਮ ਨਹੀਂ ਹੋਣ ਵਾਲਾ ਆਰਾ, ਖਤਮ ਨਹੀਂ ਹੋਣ ਵਾਲਾ ਬੰਦਾ, ਜਮਦੂਤ ਖਤਮ ਹੋਣ ਵਾਲੇ ਨਹੀਂ ਹੈ। ਅਸਲੀ ਦੁਨੀਆ ਤਾਂ ਸੱਚੀ ਉਹ ਹੈ, ਆਹ ਤਾਂ ਝੂਠੀ ਹੈ, ਇੱਥੇ ਤਾਂ ਸਾਰੀ ਤਬਦੀਲੀ ਆਉਂਦੀ ਹੈ। ਅਤੇ ਉਹ ਆਰਾ ਉਹਨਾਂ ਨੇ ਮੇਰੀ ਧੌਣ 'ਤੇ ਰੱਖ ਲਿਆ, ਇੱਥੇ ਪਿੱਛੇ ਧੌਣ 'ਤੇ ਰੱਖਿਆ, ਅਤੇ ਮੈਂ ਕਿਹਾ ਵੀ ਹੁਣ ਤਾਂ ਵੰਡਣਗੇ ਵੀ ਉਹ ਜਿਵੇਂ ਉਵੇਂ, ਮੈਨੂੰ ਬੜਾ ਦੁੱਖ ਲੱਗੂ ਇਹ ਸਰੀਰ ਨੂੰ ਬੜਾ, ਦੋਵੇਂ ਬੜੇ ਪਾਪਾ, ਹੁਣ ਬੰਦੇ ਦੀ ਕੋਈ ਪੇਸ਼ ਵੀ ਨਹੀਂ ਜਾਂਦੀ। ਉਹਨਾਂ ਨੇ ਆਰਾ ਰੱਖਿਆ ਧੌਣ 'ਤੇ, ਅਜੇ ਇੱਕ ਅੱਧਾ ਹੀ ਦੰਦਾ ਖੋਭਿਆ ਸੀਗਾ ਜਾਨੂੰ ਮੇਰੇ, ਮੈਂ ਮੂੰਹ 'ਚੋਂ ਮੇਰੇ ਪਤਾ ਨਹੀਂ ਕਰਮ ਚੰਗੇ ਸੀ, ਗੁਰੂ ਸਾਹਿਬ ਨੇ ਮੇਰੇ 'ਤੇ ਕਿਰਪਾ ਕਰੀ, ਬੜੀ ਬਖਸ਼ਿਸ਼ ਕਰੀ, ਅਤੇ ਮੈਂ ਉਹ ਵਾਹਿਗੁਰੂ ਮੇਰੇ ਮੂੰਹ 'ਚੋਂ ਨਿਕਲ ਗਿਆ। ਇੱਕ ਵਾਰ ਨਿਕਲਿਆ, ਇੱਕ ਵਾਰ ਜਦ ਵਾਹਿਗੁਰੂ ਨਿਕਲਿਆ ਤਾਂ ਜਮ ਮੈਂ ਦੇਖਦਾ ਆਰਾ ਥੱਲੇ ਡੈ ਪਿਆ ਉਹਦੇ। ਇਹ ਮੈਨੂੰ ਅਸਲ ਤਾਂ ਗੱਲ ਅਸਲੀਅਤ ਦਿਖਾਈ ਅਗਲੀ ਦੁਨੀਆ ਨੇ, ਅਤੇ ਫਿਰ ਮੈਂ ਗਾਂਹ ਦੱਸਦਾ ਤੁਹਾਨੂੰ ਵੀ ਜਦੋਂ ਆਰਾ ਥੱਲੇ ਡਿੱਗ ਪਿਆ ਤਾਂ ਇੱਕ ਜਮਦੂਤ ਲੋਟ ਵੋਟਣੀਆਂ ਖਾਂਦਾ 15 ਫੁੱਟ ਦੀ ਵਿੱਥ 'ਤੇ ਜਾ ਡਿੱਗਿਆ ਇੱਧਰਲੇ ਪਾਸੇ, ਖੱਬੇ ਵਾਲਾ ਸੱਜੇ ਵਾਲਾ ਇੱਧਰ ਦੂਆ ਦੂਏ ਪਾਸੇ ਵਾਲਾ ਦੂਏ 15 ਫੁੱਟ 'ਤੇ ਲੋਟ ਵੋਟਣੀਆਂ ਖਾਂਦਾ ਜਾ ਡਿੱਗਿਆ, ਦੋਵੇਂ ਜਮਦੂਤ, ਅਤੇ ਆਰਾ ਮੇਰੇ ਮੂਹਰੇ ਪਿਆ ਡਿੱਗ ਪਿਆ। ਉੱਥੋਂ ਐਨ ਤਬਦੀਲੀ ਹੋ ਗਈ, ਮੇਰੇ ਸਾਰੀ ਚੇਂਜ ਆ ਗਈ, ਮੈਨੂੰ ਇਹ ਕਿਸੇ ਹਸਤੀ ਨੇ ਚੱਕਿਆ ਜਿਹੜੀ ਬੜੀ ਪਿਆਰੀ ਸੀ, ਅਤੇ ਉਹਨੇ ਮੈਨੂੰ, ਮੈਂ ਦੂਜਾ ਸੱਚਖੰਡ ਤਾਂ ਦਿਸਣਾ ਨਹੀਂ ਸੀ, ਮੈਂ ਤਾਂ ਮਨਮੁੱਖ ਸੀਗਾ, ਹੁਣ ਤਾਂ ਮੈਨੂੰ ਰਾਹ ਦਾ ਹੀ ਪਤਾ ਲੱਗ ਗਿਆ ਵੀ ਦੂਆ ਤਾਂ ਰਾਹ ਸੱਚਖੰਡ ਵਾਲਾ ਸੀ, ਪਰ ਉਹ ਜਿਹੜੀ ਬੜੀ ਪਿਆਰੀ ਹਸਤੀ ਸੀ ਜਿਹਨੂੰ ਹੁਣ ਆਪਾਂ ਪ੍ਰਕਾਸ਼ ਕਹਿੰਦੇ ਹਾਂ, ਇਹਨੇ ਮੈਨੂੰ ਚੱਕਿਆ, ਚੱਕ ਕੇ ਅਤੇ ਬੁੱਕਲ 'ਚ ਲਿਆ।
ਤੇ ਮੈਂ ਉਹ ਸਾਰੀ ਧਰਮਰਾਜ ਦੀ ਕਚਹਿਰੀ ਬੰਦ ਹੋ ਗਈ, ਉੱਧਰਲਾ ਪਾਸਾ ਹੀ ਬੰਦ ਹੋ ਗਿਆ, ਸਟੈਪ ਬੰਦ ਹੋ ਗਿਆ। ਅਤੇ ਉਹ ਕਚਹਿਰੀ ਦੇ ਉਹ ਜਦੋਂ ਮੈਨੂੰ ਆਇਆ ਤਾਂ ਬੜਾ ਪਿਆਰ ਵਾਲੀ ਜਗ੍ਹਾ 'ਤੇ ਮੈਨੂੰ ਉਸ ਹਸਤੀ ਨੇ ਕੀਤਾ, ਬਹੁਤ ਪਿਆਰ ਕੀਤਾ। ਮਾਂ ਪਿਓ ਦਾ ਪਿਆਰ ਤਾਂ ਉਹਦੇ 'ਚ 1% ਵੀ ਨਹੀਂ ਹੈ, 100% ਪਿਆਰ ਇਹਦੇ 'ਚ ਜ਼ਿਆਦਾ ਮੈਨੂੰ ਮਿਲ ਗਿਆ, ਮਿਲਿਆ ਉੱਥੇ। ਜਦ ਮਿਲਿਆ ਜੇ ਬੱਚੇ ਨੂੰ ਪਿਆਰ ਕਰੀਦਾ ਤੇ ਮੈਨੂੰ ਸਾਰੇ ਸੁੱਖ ਲੱਗ ਗਏ, ਵੀ ਮਹਿਸੂਸ ਹੋਣ ਲੱਗ ਗਏ ਵੀ ਸਾਰੇ ਸੁੱਖ ਮਿਲ ਗਏ ਮੈਨੂੰ। ਅਤੇ ਉੱਥੋਂ ਫਿਰ ਆਕਾਸ਼ਬਾਣੀ ਹੋਈ, ਆਕਾਸ਼ਬਾਣੀ ਇਹ ਹੋਈ ਵੀ ਤੈਨੂੰ ਉਸੇ ਸਰੀਰ ਵਿੱਚ ਫਿਰ ਭੇਜਿਆ ਜਾਂਦਾ, ਤੈਨੂੰ ਸਵਾਸ ਦਿੱਤੇ, ਜੀਵਨ ਬਣਾ ਕੇ ਆਹ ਲਫ਼ਜ਼ ਬੋਲਿਆ, ਜੀਵਨ ਬਣਾ ਕੇ ਆਉਣਾ। ਮੈਂ ਮੂਹਰਿਓ ਬੇਨਤੀ ਕਰੀ ਵੀ ਇਸ ਜਗ੍ਹਾ ਤੋਂ ਤਾਂ ਮੈਨੂੰ ਭੇਜੋ ਤੁਸੀਂ, ਬਈ ਇੱਥੇ ਮੈਂ ਰਹਿਣਾ ਚਾਹੁੰਦਾ, ਨਾ ਹੀ ਇੱਥੇ ਨਹੀਂ ਰਹਿ ਸਕਦਾ, ਇੱਥੇ ਪਵਿੱਤਰ ਹਸਤੀ ਰਹਿ ਸਕਦੀ ਹੈ। ਤੈਨੂੰ ਦੁਬਾਰਾ ਸਵਾਸ ਦਿੱਤੇ ਅਤੇ ਦੁਬਾਰਾ ਜੀਵਨ ਬਣਾ ਕੇ ਆਈ ਹੁਣ। ਬਸ ਉਦੋਂ ਮੈਂ ਜਦੋਂ ਇਹ ਮੈਨੂੰ ਮੇਰੇ ਤੋਂ ਮੇਰੀ ਬੇਨਤੀ ਨਹੀਂ ਸੁਣੀ ਗਈ ਅਤੇ ਇੱਧਰ ਮੇਰੇ ਸਿਰ ਜਦੋਂ ਮੈਂ ਹਿੱਲਿਆ ਤਾਂ ਮੈਨੂੰ ਇੱਧਰ ਮੇਰੀ ਜਿਹੜੀ ਮਿਸਿਜ਼ ਸੀ ਉਹ ਤਾਂ ਪੈਰ ਝੱਸਦੀ ਸੀ ਘਿਓ, ਅਤੇ ਮੇਰਾ ਗ੍ਰੈਂਡ ਫਾਦਰ ਸੀ ਜਿਹੜਾ ਉਹ ਮੇਰੇ ਤਲੀਆਂ ਝੱਸ ਰਿਹਾ ਸੀ ਸਿਰ 'ਤੇ, ਅਤੇ ਮੇਰੇ ਵਿੱਚ ਇੱਧਰ ਜਾਨ ਪੈ ਗਈ। ਅਤੇ ਮੈਂ ਇਹਨਾਂ ਨੂੰ ਕਿਹਾ ਵੀ ਬਸ ਹਟ ਜਾਓ ਤੁਸੀਂ, ਮੈਂ ਹੁਣ ਮਰਦਾ ਨਹੀਂ। ਇਹ ਮੈਨੂੰ ਕੋਈ ਗਿਆਨ ਨਹੀਂ ਸੀਗਾ, ਮੈਨੂੰ ਇਹ ਸਾਰਾ ਅਗਿਆਨ ਦੇ ਵਿੱਚ ਮਨਮੁਖ ਹੁੰਦੇ ਗੱਲਾਂ ਦਾ ਹੋਇਆ ਮੇਰੇ ਨਾਲ ਵਾਕਿਆ। ਅਤੇ ਇਹਨੂੰ ਮੈਂ ਕਿਹਾ ਵੀ ਮਰਦਾ ਨਹੀਂ ਮੈਂ ਤੂੰ, ਅਤੇ ਇਹ ਮੇਰੇ ਸਰੀਰ 'ਚ ਜਾਨ ਨਹੀਂ ਰਹੀ ਸੀਗੀ, ਹੱਡ ਹੱਡ ਦੁਖਦਾ ਸੀ, ਉੱਠਿਆ ਜਾਂਦਾ ਨਹੀਂ ਸੀਗਾ। ਅਤੇ ਮੈਨੂੰ ਕਿਹਾ ਵੀ ਦੁੱਧ 'ਚ ਘਿਓ ਪਾ ਕੇ ਲਿਆ ਪਹਿਲਾਂ, ਉਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਕਿੱਥੋਂ ਆਇਆ ਅਤੇ ਹੁਣ ਮੈਂ ਮਰਨਾ ਨਹੀਂ। ਅਤੇ ਇਹ ਦੁੱਧ 'ਚ ਘਿਓ ਪਾਉਣ ਚਲੀ ਗਈ ਅਤੇ ਹੱਡ ਉੱਠ ਕੇ ਬਹਿ ਗਿਆ। ਅਤੇ ਮੈਂ 7 ਦਿਨ ਦੀ ਛੁੱਟੀ ਲੈ ਲਈ, ਮੈਂ 7 ਦਿਨ ਆਰਾਮ ਕਰੂੰਗਾ, ਪਰੰਤੂ ਮੈਨੂੰ ਕਾਂਬਾ ਛਿੜੇ ਉਹ ਸਾਰੀ ਹਾਲਤ ਦੇਖ ਕੇ ਪਿਛਲੀ ਪਹਿਲੀ ਵੀ ਅਸਲੀਅਤ ਆ ਹੈ ਅਸਲ ਗੁਰੂ ਸਾਹਿਬ ਨੇ। ਉਦਣ ਤੋਂ ਹੀ ਆਪਾਂ ਸਾਰੀ ਤਬਦੀਲੀ ਜਿਹੜੀ ਮਨਮੁੱਖਾਂ ਵਾਲੀ ਸੀ ਉਹ ਮੈਨੂੰ ਰਾਹ ਨਹੀਂ ਪਤਾ ਸੀ ਲੱਗਦਾ ਵੀ ਮੈਂ ਹੁਣ ਕੀ ਕਰਾਂ, ਮੈਂ ਗੁਰਦੁਆਰੇ ਜਾਣ ਲੱਗ ਗਿਆ ਨਿੱਤ ਵੀ ਗੁਰੂ ਸਾਹਿਬ ਕੋਲੋਂ ਹੀ ਉੱਥੇ ਹੀ ਜਾਇਆ ਕਰਾਂ ਅਤੇ ਉੱਥੇ ਹੀ ਕੁਛ ਬਣੂੰਗਾ। ਇਵੇਂ 10-15 ਦਿਨ ਉਹ ਜਾਂਦਾ ਰਿਹਾ, ਉਦਾਸ ਰਿਹਾ ਕਰਾਂ ਮੈਂ ਵੀ ਕੀ ਕਰਾਂ ਮੈਂ ਹੁਣ। ਸਵਾਸ ਮੇਰੇ ਕੰਨਾਂ 'ਚੋਂ ਆਵਾਜ਼ ਆਈ ਜਾਵੇ, ਤੈਨੂੰ ਸਵਾਸ ਉਧਾਰੇ ਫਿਰ ਦਿੱਤੇ ਹੋਰ, ਜੀਵਨ ਬਣਾ ਕੇ ਆ। ਹੁਣ ਜੀਵਨ ਕਿਵੇਂ ਬਣਾਵਾਂ ਮੈਨੂੰ ਇਹ ਵੀ ਨਾ ਪਤਾ, ਇੱਥੇ ਕੋਈ ਦੱਸਣ ਵਾਲਾ ਕੋਈ। 10-15 ਦਿਨ ਆਈ ਮੱਸਿਆ, ਆਈ ਤਾਂ ਮੱਸਿਆ ਨੂੰ ਇੱਕ ਸਾਡੇ ਪਿੰਡ ਦਾ ਸੈਕਟਰੀ ਸੀਗਾ ਪੜ੍ਹਿਆ ਲਿਖਿਆ, ਉਹ ਕਹਿੰਦਾ ਸਾਡੇ ਪਿੰਡ 'ਚ ਪੜ੍ਹੇ ਲਿਖੇ ਹੈਗੇ ਅਤੇ ਇਹ ਪੜ੍ਹੇ ਲਿਖੇ ਬੰਦਿਆਂ ਨੂੰ ਗੁਰਬਾਣੀ ਸਿੱਖਣੀ ਚਾਹੀਦੀ ਆ, ਪੜ੍ਹਨੀ ਚਾਹੀਦੀ ਆ, ਪਾਠ ਸਿੱਖਣਾ ਚਾਹੀਦਾ। ਮੈਂ ਕਿਹਾ ਜੀ ਮੈਨੂੰ ਕਿਹਾ ਪਿੱਛੇ ਬੈਠੇ ਨੇ ਆਪ ਸਮਝ ਗਿਆ, ਮੈਂ ਵੀ ਮੈਂ ਉਦਣੇ ਗ੍ਰੰਥੀ ਨਾਲ ਗੱਲ ਕਰੀ ਬਈ ਜੇ ਪਿੰਡ ਦਾ ਸੀਗਾ ਉੱਥੇ ਸਾਡੇ ਪਿੰਡ ਦਾ ਹੀ ਸੀਗਾ, ਮੈਂ ਤੂੰ ਮੈਨੂੰ ਪਾਠ ਸਿਖਾ ਦੇ। ਮੇਰੇ ਮਨ 'ਚ ਡਰ ਸੀ ਵੀ ਮੈਂ ਆਪ ਪਾਠ ਨਾ ਕਰਾਂ, ਚਾਹੇ ਪੜ੍ਹਿਆ ਲਿਖਿਆ ਬੇਸ਼ੱਕ ਅਤੇ ਪਰੰਤੂ ਮੈਂ ਸਿੱਖਣਾ ਚਾਹੀਦਾ ਕਿਸੇ ਤੋਂ, ਸੰਥਿਆ ਲੈਣੀ ਚਾਹੀਦੀ। ਉਹ ਕਹਿੰਦਾ ਸਿਖਾ ਦਿਆ ਕਰੋ। ਆਪਾਂ 2 ਵਜੇ 1:30 ਵਜੇ ਉੱਠ ਕੇ ਤੜਕੇ ਉਹਦੇ ਕੋਲ ਚਲੇ ਜਾਣਾ ਅਤੇ ਉਹਦੇ ਕੋਲ ਪੋਥੀ ਪਾਉਣ ਲੱਗ ਗਿਆ, ਗੁਰਬਾਣੀ ਪਾਉਣ ਲੱਗ ਗਿਆ ਉਹਦੇ ਕੋਲ, ਅਤੇ ਉਹਨੇ ਸੰਥਿਆ ਦੇਣੀ ਸ਼ੁਰੂ ਕਰ ਦਿੱਤੀ। ਫਿਰ ਮੈਂ ਉਹਨੂੰ ਇੱਕ ਸਵਾਲ ਕੀਤਾ ਵੀ ਮੈਂ ਨਾ ਗੁਰੂ ਧਾਰਨ ਕਰਨਾ। ਦੇਖੋ ਇੱਥੇ ਉਸ ਸਮੇਂ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਦਾ ਸੀ ਵੀ, ਹੁਣ ਤਾਂ ਬਹੁਤ ਪ੍ਰਚਾਰ ਹੈ ਕਿ ਅੰਮ੍ਰਿਤ ਛਕੋ ਜੀ ਆਹ ਕਰੋ ਜੀ, ਉਦੋਂ ਕੋਈ ਪਿੰਡਾਂ 'ਚ ਇਹੋ ਜਿਹਾ ਪ੍ਰਚਾਰ ਵੀ ਨਹੀਂ ਸੀ। ਅਤੇ ਉਹਨੂੰ ਮੈਂ ਸਵਾਲ ਹੀ ਨਾ ਜੇ ਮੇਰਾ ਸੁਣਿਆ ਹੁੰਦਾ ਪਹਿਲਾਂ ਗੁਰੂ ਧਾਰਨਾ ਐਂ ਕਰੀਦਾ, ਮੈਂ ਅੱਜ ਤੱਕ ਨਹੀਂ ਪਤਾ ਸੀ ਮੈਨੂੰ ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ, ਕਿਵੇਂ ਕਰਨਾ, ਪਹਿਲਾਂ ਪਤਾ ਹੀ ਨਹੀਂ ਸੀ। ਇਹ ਵੀ ਨਹੀਂ ਪਤਾ ਗੁਰੂ ਧਾਰਨਾ ਕਿਵੇਂ ਕਰਨਾ, ਗੁਰੂ ਧਾਰਨਾ ਹੀ ਨਹੀਂ ਚਾਹੀਦਾ ਇਹ ਵੀ ਨਹੀਂ ਪਤਾ ਸੀ।
ਤੇ ਇਧਰਲੀ ਸਾਰੀ ਹਾਲਤ ਮੈਂ ਕਿਸੇ ਨੂੰ ਨਾ ਦੱਸੀ, ਮੈਨੂੰ ਆਪ ਨੂੰ ਪਤਾ ਸੀ। ਤੇ ਆਪਾਂ ਸਾਰਾ ਕੁਛ ਛੱਡ ਦਿੱਤਾ ਵੀ ਗੱਲ ਤਾਂ ਇਹ ਹੋਰ ਆ ਕੋਈ ਗੱਲ, ਵੀ ਇੱਥੇ ਤਾਂ ਇੱਥੋਂ ਤਾਂ ਜਾਣਾ ਹੈ, ਜਿੱਥੇ ਜਾ ਕੇ ਆਏ ਤਾਂ ਕੰਮ ਉੱਥੇ ਉਹ ਘੁੱਟ ਮੈਨੂੰ ਯਾਦ ਆਵੇ ਤੇ ਜਮਦੂਤਾਂ ਦੀਆਂ ਸਜਾਵਾਂ ਨਜ਼ਰ ਉਹ ਮੇਰੇ ਹਜੇ ਵੀ ਅੱਖਾਂ ਮੂਹਰੇ ਆ ਜਾਂਦੀਆਂ। ਮੈਨੂੰ ਉਹ ਸੀਨ ਭੁੱਲਦਾ ਨਹੀਂ ਸਾਰਾ, ਨਾ ਸਾਰੀ ਉਮਰ ਭੁੱਲਿਆ, ਨਾ ਉੱਧਰ ਤੋਂ ਬਾਅਦ ਨਹੀਂ ਭੁੱਲਿਆ ਉਦੋਂ ਬਾਅਦ। ਤੇ ਗਾਂਹ ਸੱਚੇ ਪਾਤਸ਼ਾਹ ਦੀ ਗੁਰਬਾਣੀ ਨੇ ਗਾਂਹ ਸਮਝ ਹੀ ਲਾ ਦਿੱਤੀ, ਸਾਰਾ ਕੁਛ ਹੈ ਹੀ, ਗੁਰਬਾਣੀ ਕਹਿੰਦੀ ਉੱਥੋਂ ਦੀ ਗੱਲ। ਹੁਣ ਤਾਂ ਪੂਰੀ ਤਸੱਲੀ ਹੋ ਗਈ, ਇੱਕ ਇੱਕ ਤੁਕ ਦਾ ਪਤਾ ਲੱਗ ਗਿਆ ਉੱਥੇ, ਜੇ ਵੀ ਆਪਦੇ ਹਾਲਤ ਗਿਆ ਵਾ ਪੈਂਡਾ ਤੈਅ ਕੀਤਾ ਤੇ ਉਹ ਤੈਅ ਕੀਤਾ ਉਵੇਂ ਹੀ ਗੁਰਬਾਣੀ ਕਹਿੰਦੀ ਹੈ। ਤਾਂਹੀਓ ਮੇਰੇ ਜਿਹੜੀ ਧਰਮਰਾਜ ਦੀ ਕਥਾ ਹੈ ਉਹਦੀ ਇੱਕ ਇੱਕ ਵਿਚਾਰ ਜਿਹੜੀ ਹੈ ਉਹ ਮੈਨੂੰ ਗੁਰਬਾਣੀ ਰਾਹੀਂ ਸਮਝ ਆਉਂਦੀ ਹੈ, ਸਮਝ ਆਈ ਹੈ ਵੀ ਰਸਤਾ ਕਿਹੜਾ ਹੈ, ਜਿਹੜਾ ਮਨਮੁੱਖ ਦਾ ਰਸਤਾ ਹੈ, ਧਰਮਰਾਜ ਦਾ ਰਾਹ ਹੈ ਉਹਦਾ। ਦੂਏ ਰਾਹ ਦਾ ਥੋੜ੍ਹਾ ਜਿਹਾ ਹੀ ਬਾਬਤ ਮਹਾਰਾਜ ਨੇ ਸਮਝਾਇਆ ਪਿਆਰ ਕਰਕੇ, ਤੇ ਦੂਆ ਪਾਸਾ ਵੀ ਦਿਖਾਇਆ ਥੋੜ੍ਹਾ ਜਿਹਾ, ਇਹ ਠੀਕ ਆ। ਉਦੋਂ ਬਾਅਦ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਗੱਲ, ਉਹ ਗੱਲ ਮਗਰੋਂ ਦੀ ਗੱਲ ਹੈ, ਪਰ ਉਦੋਂ ਥੋੜ੍ਹਾ ਜਿਹਾ ਇਹ ਦੂਏ ਪਾਸੇ ਦੀ ਸਾਈਡ ਦਿਖਾਈ ਜਿੱਥੋਂ ਮੈਨੂੰ ਹੁਕਮ ਹੋਇਆ। ਇਹ ਹੁਕਮ ਹੋਰ ਸੀ, ਉਹ ਹੁਕਮ ਹੋਰ ਸੀ। ਧਰਮਰਾਜ ਦਾ ਹੁਕਮ ਤਾਂ ਸੀ ਮੈਨੂੰ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹਨੂੰ ਆਰੇ ਨਾਲ ਚੀਰਿਆ ਜਾਵੇ। ਇਹ ਆਵਾਜ਼ ਸੀਗੀ ਜਿਹੜੀ ਕਹਿੰਦੇ ਸੀ ਵੀ ਤੈਨੂੰ ਸਾਹ ਦਿੱਤੇ, ਇੱਥੇ ਨਹੀਂ ਰਹਿ ਸਕਦਾ ਤੂੰ, ਇਹੋ ਜਿਹੀ ਜਗ੍ਹਾ ਇਹੋ ਜਿਹੀ ਇਹੋ ਜਿਹਾ ਸਥਾਨ ਸੀ ਜਿੱਥੋਂ ਮੇਰਾ ਆਉਣ ਨੂੰ ਜੀ ਨਹੀਂ ਕਰਦਾ ਸੀ, ਸਾਰਾ ਕੁਛ ਇੱਥੋਂ ਤਾਂ ਕਹਿੰਦੇ ਮੈਂ ਇੱਥੋਂ ਜਾਵਾਂ ਹੀ ਨਾ। ਘਰ ਹੀ ਅਸਲੀ ਬੰਦੇ ਦਾ ਉਹ ਹੈ, ਪਤਾ ਲੱਗ ਗਿਆ। ਬੇਸ਼ੱਕ ਅਗਿਆਨ 'ਚ ਗਿਆ ਮੈਂ, ਹਨੇਰੇ 'ਚ ਗਿਆ, ਉਦੋਂ ਮੈਨੂੰ ਦਿਸ ਨਹੀਂ ਰਿਹਾ ਸੀ ਕੁਛ, ਪਰ ਇੰਨਾ ਪਿਆਰ ਅਤੇ ਇੰਨਾ ਪ੍ਰੇਮ ਅਤੇ ਇੰਨਾ ਠੰਡ ਮੈਂ ਕਿਸੇ ਜ਼ਿੰਦਗੀ 'ਚ ਨਹੀਂ ਮਾਣੀ ਜਿਹੜਾ ਉੱਥੇ ਮੈਨੂੰ ਮਿਲਿਆ, ਜਿੱਥੋਂ ਆਉਣ ਨੂੰ ਜੀ ਨਹੀਂ ਕਰਦਾ। ਅਤੇ ਫਿਰ ਜਦੋਂ ਇੱਥੇ ਮੈਂ ਉਹਨੂੰ ਕਿਹਾ ਗੁਰੂ ਧਾਰਨ ਕਰਨਾ, ਤਾਂ ਮੈਂ ਕਿਹਾ ਵੀ ਮੈਂ ਗੁਰੂ ਵੀ ਧਾਰਨ ਕਰਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਨ ਕਰਨਾ, ਇਹ ਵੀ ਮੈਂ ਉਹਨੂੰ ਗੱਲ ਕਹਿਤੀ ਹੈ ਅਣਜਾਣੇ, ਮੈਨੂੰ ਹੋਰ ਨਹੀਂ ਕੋਈ ਗੱਲ ਸਮਝ ਸੀ। ਉਦੋਂ ਆਹ ਦੇਹਧਾਰੀ ਵੀ ਨਹੀਂ ਬਹੁਤੇ ਬਣੇ ਸੀ, ਅਤੇ ਉਹ ਮੈਨੂੰ ਕਹਿੰਦਾ ਗ੍ਰੰਥੀ ਨੂੰ ਵੀ ਕੋਈ ਸੂਝ ਨਹੀਂ ਸੀ, ਗ੍ਰੰਥੀ ਨੇ ਵੀ ਨਹੀਂ ਅੰਮ੍ਰਿਤ ਛਕਿਆ ਸੀ, ਗ੍ਰੰਥੀ ਨੂੰ ਤਾਂ ਮੈਂ ਮਗਰੋਂ ਅੰਮ੍ਰਿਤ ਛਕਾਇਆ ਕਹਿ ਕੇ ਵੀ ਅੰਮ੍ਰਿਤ ਛਕ ਭਾਈ ਤੇਰਾ, ਤੂੰ ਤਾਂ ਗੁਰੂ ਵਾਲਾ ਹੀ ਨਹੀਂ ਹੈ, ਉਹ ਤਾਂ ਆਪ ਨਹੀਂ ਸੀ। ਉਹ ਮੈਨੂੰ ਕਹਿੰਦਾ ਵੀ ਤੂੰ ਇਉਂ ਕਰੀ ਵੀ ਸਵਾ ਰੁਪਈਆ ਲਿਆਈ, ਇੱਕ ਨਾਰੀਅਲ ਲਿਆਈ। ਮੈਂ ਜੋ ਪ੍ਰੈਕਟੀਕਲ ਹੋਈ ਮੇਰੇ ਨਾਲ, ਮੈਂ ਕਿਹਾ ਠੀਕ ਆ, ਮੈਂ ਦੂਏ ਦਿਨ ਹੀ ਲੈ ਗਿਆ, ਨਾਰੀਅਲ ਲੈ ਗਿਆ ਅਤੇ ਸਵਾ ਰੁਪਈਆ ਲੈ ਗਿਆ। ਉਹਨੇ ਅਰਦਾਸ ਕਰੀ ਵੀ ਗੁਰੂ ਸਾਹਿਬ ਜੀ ਇਹ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ, ਇਹਦੇ ਤੁਸੀਂ ਗੁਰੂ ਬਣ ਜਾਓ। ਕਹਿੰਦਾ ਜੀ ਹੋ ਗਿਆ, ਮੈਨੂੰ ਕਹਿੰਦਾ। ਉਸ ਤੋਂ 5-7 ਦਿਨ ਬਾਅਦ ਹੀ ਮੈਨੂੰ ਸਾਡੇ ਗੁਰਦੁਆਰੇ ਦੇ ਵਿਹੜੇ 'ਚ ਗੁਰੂ ਸਾਹਿਬ ਨੇ ਮੇਰੀ ਬੜੀ ਮਦਦ ਕਰੀ ਆਪ ਹੀ, ਅਤੇ ਇੱਕ ਬੁੱਕ ਪਈ ਕਿਤਾਬ, ਅਤੇ ਉਹ 'ਤੇ ਲਿਖਿਆ ਖਾਲਸਾ ਪੰਥ, ਅਤੇ ਉਹ ਖਾਲਸਾ ਪੰਥ ਮੈਂ ਚੱਕ ਲਈ। ਰਸਤੇ 'ਚ ਕਿਤਾਬ ਡਿੱਗੀ ਹੋਈ, ਫਤਿਹ ਸਿੰਘ ਹੋਏ ਜਿਹੜੇ ਹੋਏ ਨੇ ਉਹਨਾਂ ਦੀ ਸੀ ਉਹ ਲਿਖੀ ਹੋਈ ਸਾਰਾ, ਉਹਦੇ 'ਚ ਅੰਮ੍ਰਿਤ ਕਿਵੇਂ ਛਕਾਇਆ ਗੁਰੂ ਸਾਹਿਬ ਨੇ, ਕਿਵੇਂ ਰਹਿਤ ਰੱਖਣੀ ਆ, ਕਰੇ ਤਾਂ ਕੀ ਨੇ, ਸਾਰਾ ਕੁਛ ਸਮਝਾਇਆ। ਮੈਂ ਪੜ੍ਹਿਆ, ਫਿਰ ਮੈਨੂੰ ਸਮਝ ਲੱਗੀ ਵੀ ਤੂੰ ਤਾਂ ਗੁਰੂ ਤਾਂ ਇਉਂ ਧਾਰੀ ਦਾ, ਵਿਆਹ ਤਾਂ ਗਲਤ ਆ ਗੱਲ। ਫਿਰ ਮੈਂ ਆਪਣੀ ਮੈਸੇਜ ਕਿਹਾ ਬਹਿ ਕੇ ਆਪ ਆਨੰਦਪੁਰ ਜਾ ਕੇ ਅੰਮ੍ਰਿਤ ਛਕਾਂਗੇ, ਉੱਥੇ ਜਾ ਕੇ ਗੁਰੂ ਧਾਰਨ ਕਰਕੇ ਆਵਾਂਗੇ, ਉੱਥੇ ਅੰਮ੍ਰਿਤ ਛਕ ਕੇ ਆਵਾਂਗੇ। ਉੱਥੋਂ ਇਹ ਵੀ ਮੈਨੂੰ ਸੀ ਵੀ ਆਨੰਦਪੁਰ ਗੁਰੂ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ। ਫਿਰ ਮੈਂ ਉਸ ਦੋਹਾਂ ਨੇ ਤਿਆਰੀ ਕੀਤੀ ਵੀ ਉੱਥੇ ਅੰਮ੍ਰਿਤ ਛਕ ਕੇ ਆਵਾਂ।